प्यारे विद्यार्थियों सबसे पहला मेरे चैनल पे थोड़ा बहुत, बहुत स्वागत है जी विद्यार्थियों आज दी वीडियो ਵਿੱਚ ਆਪਾਂ ਜੁਲਾਈ 2023 ਲਈ 10वीं क्लास ਦੇ ਸਾਇੰਸ ਵਿਸ਼ੇ ਦੇ ਇੱਕ ਐਗਜ਼ਾਮਪਲ ਪੇਪਰ ਨੂੰ ਹੱਲ ਕਰਾਂਗੇ ਜੀ કુલ ਅੰਕ ਆਪਣੇ ਕੋ 20 ਹੋਣਗੇ ਤੇ ਸਮਾਂ ਮਿਲੇਗਾ 40 ਮਿੰਟ ਦਾ ਜੀ विद्यार्थियों ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਇਸ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦੇਣਾ ਤਾਂ ਜੋ ਮੇਰੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਬੈਲ ਆਈਕਨ ਤੋਂ ਬਾਅਦ ਇੱਕ ਆਲ ਦੀ ਨੋਟੀਫਿਕੇਸ਼ਨ ਆਏਗੀ ਉਸ ਆਲ ਦੀ ਨੋਟੀਫਿਕੇਸ਼ਨ ਤੇ ਜਰੂਰ ਕਲਿੱਕ ਕਰ ਦੇਣਾ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਜੀ ਤੇ ਆ ਹੁਣ ਆਪਾਂ ਇੱਕ ਇੱਕ ਕਰਕੇ ਸਾਰੇ ਹੀ ਕੁਐਸਚਨਸ ਨੂੰ ਸੋਲਵ ਕਰਦੇ ਹਾਂ ਜੀ ਤੇ ਸਟੂਡੈਂਟ ਪਹਿਲਾਂ ਆਪਣੇ ਕੋ ਹੈ ਜੀ ਸਹੀ ਵਿਕਲਪ ਦੀ ਚੋਣ ਕਰਨੀ ਹੈ 8 ਕੁਐਸਚਨ ਹਨ ਆਪਣੇ ਕੋ ਇੱਕ ਇੱਕ ਨੰਬਰ ਵਾਲੇ ਜੀ ਪਹਿਲਾ ਕੁਐਸਚਨ ਹੈ ਉਹ ਕਿਰਿਆ ਜਿਸ ਵਿੱਚ ਤਾਪ ਦਾ ਵੀ ਉਤਸਰਜਨ ਹੁੰਦਾ ਹੈ ਕਹਾਉਂਦੀ ਹੈ ਜਿਸ ਦੇ ਵਿੱਚ ਤਾਪ ਪੈਦਾ ਹੁੰਦਾ ਹੈ ਉਸ ਕਿਰਿਆ ਨੂੰ ਕੀ ਕਿਹਾ ਜਾਂਦਾ ਹੈ ਤੇ ਉਹ ਆਪਣੇ ਕੋ ਆ ਜਾਏਗਾ ਜੀ ਤਾਪ ਨਿਕਾਸੀ ਕਿਰਿਆ ਦੂਸਰਾ ਕੁਸ਼ਨ ਹੈ ਜੀ ਜਲ ਦੇ ਬਿਜਲੀ ਅਪਕਟਨ ਨਾਲ ਉਤਪਨ ਹਾਈਡਰੋਜਨ ਅਤੇ ਆਕਸੀਜਨ ਦਾ ਮੋਲ ਅਨੁਪਾਤ ਕੀ ਹੁੰਦਾ ਹੈ ਪਹਿਲਾਂ ਦੇਖੋ ਆਪਣੇ ਕੋ ਜਲ ਦਾ ਜੋ ਬਿਜਲੀ ਅਪਕਟਨ ਕਰਦੇ ਹਾਂ ਉਸ ਦੇ ਵਿੱਚ ਕਿਹੜੀ ਰਿਐਕਸ਼ਨ ਯੂਜ਼ ਹੁੰਦੀ ਹੈ ਜੋ H2O ਹੈ ਉਸ ਦੀ ਜਦੋਂ ਬਿਜਲੀ ਅਪਕਟਨ ਕਰਾਇਆ ਜਾਂਦਾ ਹੈ ਤਾਂ ਉਹ ਬਣ ਜਾਂਦਾ ਹੈ ਆਪਣੇ ਕੋ H2+ O2 ਤੇ ਇਸ ਨੂੰ ਹੁਣ ਆਪਾਂ ਜਦੋਂ ਬੈਲੈਂਸ ਕਰਦੇ ਹਾਂ ਤੇ ਬੈਲੈਂਸ ਕਰਕੇ ਦੇਖੋ ਆਪਣੇ ਕੋ ਕੀ ਆ ਜਾਂਦਾ ਜੀ ਇੱਥੇ ਆਪਣੇ ਕੋ 2 ਲੱਗ ਜਾਂਦਾ ਹੈ ਤੇ ਇੱਥੇ ਵੀ 2 ਤੇ ਇਹ ਦੇਖੋ ਹੁਣ ਹਾਈਡਰੋਜਨ ਦੇ ਅੱਗੇ 2 ਹੈ ਤੇ ਆਕਸੀਜਨ ਦੇ ਅੱਗੇ ਕੋਈ ਨੰਬਰ ਨਹੀਂ ਇਟ ਮੀਨ ਇੱਥੇ 1 ਹੋਏਗਾ ਤੇ ਕੀ ਅਨੁਪਾਤ ਆ ਜਾਏਗਾ ਜੀ ਹਾਈਡਰੋਜਨ ਗੈਸ ਦਾ ਤੇ ਆਕਸੀਜਨ ਗੈਸ ਦਾ ਆਪਾਂ ਮੋਲ ਅਨੁਪਾਤ ਪਤਾ ਕਰਨਾ ਹੈ ਤਾਂ ਉਹ ਆ ਜਾਏਗਾ 2 ਅਨੁਪਾਤ 1 ਇਟਮੀਨ ਆਪਣੇ ਕੋ ਕਿਹੜੀ ਆਪਸ਼ਨ ਆ ਜਾਏਗੀ ਜੀ ਏ ਆਪਸ਼ਨ ਆਪਣੇ ਕੋ ਆ ਜਾਏਗੀ ਜੀ ਨੈਕਸਟ ਕੁਸਚਨ ਆਪਣੇ ਕੋ ਇਸ ਤਰ੍ਹਾਂ ਹੈ ਜੀ ਲੋਹਾ ਹੈ ਲਿਖਿਆ ਧਾਤਾਂ ਨੂੰ ਉਸ ਦੇ ਕੋਲ ਤੋਂ ਵਿਸਥਾਪਿਤ ਕਰ ਸਕਦਾ ਹੈ ਕਿਸ ਧਾਤ ਨੂੰ ਉਹ ਜੋ ਲੋਹਾ ਹੈ ਉਹ ਵਿਸਥਾਪਿਤ ਕਰ ਸਕਦਾ ਹੈ ਤੇ ਉਹ ਕਰ ਸਕਦਾ ਹੈ ਜੀ ਕਾਪਰ ਨੂੰ ਕਿਉਂਕਿ ਜੋ ਲੋਹਾ ਹੁੰਦਾ ਹੈ ਉਹ ਕਾਪਰ ਤੋਂ ਜ਼ਿਆਦਾ ਕਿਰਿਆਸ਼ੀਲ ਹੁੰਦਾ ਹੈ ਬਟ ਇਹਨਾਂ ਸਾਰਿਆਂ ਤੋਂ ਕੀ ਹੁੰਦਾ ਹੈ ਗੋ ਉਹ ਘਟ ਕਿਰਿਆਸ਼ੀਲ ਹੁੰਦਾ ਹੈ ਤੇ 골ਡ गोल्ड वैसे ही अपने को एक नोबल मेटल है उस ਨੂੰ ਆਪਾਂ ਰिएक्ट ਨਹੀਂ ਕਰਵਾ ਸਕਦੇ ਲੋਹੇ ਦੇ ਨਾਲ ਉਹ ਲੋਹੇ ਦੇ ਨਾਲ ਕਿਰਿਆ ਨਹੀਂ ਕਰ ਸਕਦੀ ਕਿਉਂਕਿ ਜੋ 골ਡ ਹੈ ਉਹ ਅਕਿਰਿਆਸ਼ੀਲ ਤਾਂ ਹੈ ਜੀ ਅਗਲਾ ਕੁਐਸਚਨ ਜੀ ਮਨੁੱਖ ਵਿੱਚ ਗੁਰਦੇ ਇੱਕ ਪ੍ਰਣਾਲੀ ਦਾ ਭਾਗ ਹਨ ਜੋ ਕਿ ਸੰਬੰਧਿਤ ਹਨ ਜੋ ਗੁਰਦੇ ਹਨ ਉਹ ਕਿਸ ਪ੍ਰਣਾਲੀ ਨਾਲ ਸੰਬੰਧਿਤ ਹਨ ਪੋਸ਼ਣ ਸਾਹ ਕਿਰਿਆ ਮਲ ਤਿਆਗ ਜਾਂ ਪਰਿਵਹਨ ਤੇ ਉਸ ਦਾ ਆਨਸਰ ਆਏਗਾ ਜੀ ਮਾਲੇ ਤਿਆਗ ਦੇ ਨਾਲ ਸੀ ਆਪਸ਼ਨ ਆਪਣੇ ਕੋਆ ਜਾਏਗੀ ਜੀ ਅਗਲਾ ਕੁਸ਼ਨ ਆਪਣੇ ਕੋਆ ਜੀ ਹਰੇ ਪੌਦਿਆਂ ਵਿੱਚ ਪੋਸ਼ਣ ਹੁੰਦਾ ਹੈ ਹਰੇ ਪੌਦਿਆਂ ਵਿੱਚ ਕਿਹੜਾ ਪੋਸ਼ਣ ਹੁੰਦਾ ਹੈ ਜੀ ਉਹ ਸਵੈ ਪੋਸ਼ੀ ਹੁੰਦੇ ਹਨ ਉਹ ਆਪਣਾ ਖਾਣਾ ਖੁਦ ਬਣਾਉਂਦੇ ਹਨ ਸਾਹ ਕਿਰਿਆ ਵਿੱਚ ਪੌਦਿਆਂ ਤੋਂ ਮੁਕਤ ਹੁੰਦੀ ਹੈ ਜਦੋਂ ਪੌਦੇ ਸਾਹ ਲੈਂਦੇ ਹਨ ਤਾਂ ਉਹ ਕਿਹੜੀ ਚੀਜ਼ ਮੁਕਤ ਕਰਦੇ ਹਨ ਉਹ ਆਕਸੀਜਨ ਮੁਕਤ ਕਰਦੇ ਹਨ ਜੀ ਨੈਕਸਟ ਆਪਣੇ ਕੋ ਹੈ ਜੀ ਮੋਟਰ ਬਹਾਨਾ ਪਿੱਛੇ ਦਾ ਦ੍ਰਿਸ਼ ਦੇਖਣ ਲਈ ਵਰਤੋਂ ਕਰਦੇ ਹਾਂ ਕਿਸ ਦੀ ਵਰਤੋਂ ਕਿਸ ਦਰਪਨ ਦੀ ਵਰਤੋਂ ਕੀਤੀ ਜਾਂਦੀ ਹੈ ਮੋਟਰ ਬਹਾਨਾ ਵਿੱਚ ਪਿੱਛੇ ਦਾ ਜੋ ਦ੍ਰਿਸ਼ ਹੈ ਪਿੱਛੇ ਦਾ ਜੋ ਟ੍ਰੈਫਿਕ ਹੈ ਦੇਖਣ ਲਈ ਤਾਂ ਉਹ ਆਪਣੇ ਕੋਲ ਹੁੰਦਾ ਹੈ ਜੀ ਉਤਲ ਦਰਪਨ ਉਤਲ ਦਰਪਨ ਦੇਖੋ ਆਪਣੇ ਕੋਲ ਕਿਸ ਤਰ੍ਹਾਂ ਦਾ ਹੁੰਦਾ ਹੈ ਜੀ ਉਹ ਇਸ ਤਰ੍ਹਾਂ ਦਾ ਆਪਣੇ ਕੋਲ ਹੁੰਦਾ ਹੈ ਉੱਤਰ ਦਰਪਨ ਤੇ ਨੈਕਸਟ ਆਪਣੇ ਕੋਲ ਹੈ ਜੀ दंदा के डॉक्टर द्वारा आम तौर पर वरतों में लिया वाला दर्पण कि अवतल दर्पण तो अवतल दर्पण देखो अपने को किस तरह का होंगे है वो इस तरह का दर्पण होंगे है जी अपने को तो आओ नैक्सट देखते हैं जी नैक्सट अपने को है जी दो अंक वाले प्रश्न हैं ਪਹਿਲਾ ਕੁਐਸਚਨ ਹੈ ਲੋਹੇ ਦੀਆਂ ਵਸਤੂਆਂ ਨੂੰ ਅਸੀਂ ਪੇਂਟ ਕਿਉਂ ਕਰਦੇ ਹਾਂ ਪੇਂਟ ਕਰਨ ਦੇ ਨਾਲ ਲੋਹੇ ਦੀ ਜੋ ਉਪਰੀ ਭਾਗ ਹੈ ਉਹ ਛੁਪ ਜਾਂਦਾ ਹੈ ਇਸ ਨਾਲ ਹਵਾ ਦੇ ਨਾਲ ਇਸ ਦਾ ਸਿੱਧਾ ਸੰਪਰਕ ਨਹੀਂ ਆਉਂਦਾ ਹੈ ਜਿਸ ਕਾਰਨ ਉਸ ਨੂੰ ਜੰਗ ਨਹੀਂ ਲੱਗਦਾ ਹੈ ਇਸ ਲਈ ਪੇਂਟ ਕਰਨ ਨਾਲ ਅਸੀਂ ਲੋਹੇ ਦੇ ਉਸ ਪਦਾਰਥ ਨੂੰ ਜੰਗ ਲੱਗਣ ਤੋਂ ਬਚਾ ਸਕਦੇ ਹਾਂ ਜੀ ਅਗਲਾ ਕੁਐਸਚਨ ਹੈ ਜੀ ਆਪਣੇ ਕੋ ਸਾਡੇ ਸਰੀਰ ਦੇ ਵਿੱਚ ਹਿਮੋਗਲੋਬਿਨ ਦੀ ਘਾਟ ਦੇ ਕੀ ਸਿੱਟੇ ਹੋ ਸਕਦੇ ਹਨ ਸਾਡੇ ਸਰੀਰ ਦੇ ਵਿੱਚ ਹੀਮੋਗਲੋਬਿਨ ਦੀ ਕਮੀ ਨਾਲ ਲਹੂ ਦੀ ਕਮੀ ਨਾਲ ਅਨੀਮੀਆ ਹੋ ਜਾਂਦਾ ਹੈ। ਸਾਨੂੰ ਸਾਹ ਲੈਣ ਲਈ ਲੋੜੀਂਦੀ ਆਕਸੀਜਨ ਦੀ ਪ੍ਰਾਪਤੀ ਨਹੀਂ ਹੋਵੇਗੀ ਜਿਸ ਕਾਰਨ ਅਸੀਂ ਜਲਦੀ ਥੱਕ ਜਾਵਾਂਗੇ, ਸਾਡਾ ਭਾਰ ਘਟ ਜਾਵੇਗਾ, ਰੰਗ ਪੀਲਾ ਪੈ ਜਾਵੇਗਾ ਤਾਂ ਸਾਨੂੰ ਕਮਜ਼ੋਰੀ ਦਾ ਅਹਿਸਾਸ ਹੋਵੇਗਾ ਜੀ। ਅਗਲਾ ਹੈ ਜੀ ਇੱਕ ਸਮਤਲ ਦਰਪਨ ਦੁਆਰਾ ਪੈਦਾ ਹੋਇਆ ਵੱਡ ਦਰਸ਼ਨ ਜਮਾ 1 ਹੈ। ਇਸ ਦਾ ਕੀ ਅਟ ਹੈ? ਇਸ ਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਹਨ ਮੈਗਨੀਫਿਕੇਸ਼ਨ। मैग्निफिकेशन ਆਪਣੇ ਕੋ ਪਲੱਸ 1 ਹੈ ਤਾਂ ਉਸ ਦਾ ਕੀ ਮਤਲਬ ਹੁੰਦਾ ਹੈ ਸਮਤਲ ਦਰਪਣ ਕਿਹੜਾ ਹੁੰਦਾ ਹੈ ਜੋ ਆਪਾਂ ਆਮ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ ਉਸ ਨੂੰ ਸਮਤਲ ਦਰਪਣ ਕਿਹਾ ਜਾਂਦਾ ਹੈ ਲੁਕਿੰਗ ਮਿਰਰ ਇੱਕ ਸਮਤਲ ਦਰਪਣ ਦੁਆਰਾ ਉਤਪੰਨ ਹੋਇਆ ਵੱਡਦਰਸ਼ਨ m 1 ਇਹ ਦਰਸਾਉਂਦਾ ਹੈ ਕਿ ਦਰਪਣ ਦੁਆਰਾ ਬਣਾਏ ਗਏ પ્રતિબિંਬ ਦਾ ਆਕਾਰ ਵਸਤੂ ਦੇ ਆਕਾਰ ਦੇ ਬਰਾਬਰ ਹੈ ਜਿੰਨਾ ਆਪਣਾ ਆਕਾਰ ਹੈ ਉਨਾ ਹੀ ਆਪਣੇ પ્રતિબિંਬ ਦਾ ਆਕਾਰ ਹੋਏਗਾ ਇਤਨਾ ਆਤਮਕ ਚਿੰਨ ਇਹ ਦਰਸਾਉਂਦਾ ਹੈ ਕਿ সমতল ਦਰਪਣ ਦੁਆਰਾ ਬਣਾਇਆ ਗਿਆ ਪ੍ਰਤੀਬਿੰਬ ਦਰਪਣ ਦੇ ਪਿੱਛੇ ਬਣ ਰਿਹਾ ਹੈ ਕਿ ਇਹ ਅਭਾਸੀ ਅਤੇ ਸਿੱਧਾ ਹੈ ਵਰਚੁਅਲ ਐਂਡ ਇਰੈਕਟ ਆ ਰਿਹਾ ਆਪਣੇ ਕੋ ਨੈਕਸਟ ਹੈ ਜੀ ਆਪਣੇ ਕੋ ਤਿੰਨ ਅੰਕਾਂ ਵਾਲੇ ਪ੍ਰਸ਼ਨਾਂ ਆ ਜੀ ਆਪਣੇ ਕੋ ਨੈਕਸਟ ਸਾਹ ਕਿਰਿਆ ਨੂੰ ਤਾਂ ਆਪਨਿਕਾਸੀ ਕਿਰਿਆ ਕਿਉਂ ਕਿਹਾ ਜਾਂਦਾ ਹੈ ਜਦੋਂ ਆਪਾਂ ਸਾਹ ਲੈਂਦੇ ਹਾਂ ਤਾਂ ਇਸ ਦੇ ਵਿੱਚ ਤਾਪ ਹੀਟ ਆਉਂਦੀ ਹੈ ਇਹ ਕਿਰਿਆ ਕੀ ਹੁੰਦੀ ਹੈ ਆਪਣੇ ਕੋ ਜੀਉਂਦੇ ਰਹਿਣ ਲਈ ਸਾਨੂੰ ਊਰਜਾ ਦੀ ਲੋੜ ਹੁੰਦੀ ਹੈ ਇਹ ਊਰਜਾ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੀ ਹੈ ਪਾਚਨ ਕਿਰਿਆ ਦੇ ਦੌਰਾਨ ਖਾਦ ਪਦਾਰਤ ਛੋਟੇ-ਛੋਟੇ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ ਜਿਵੇਂ ਚਾਵਲ ਆਲੂ ਬਰੈਡ ਵਿੱਚ ਕਾਰਬੋਹਾਈਡਰੇਟ ਹੁੰਦਾ ਹੈ ਕਾਰਬੋਹਾਈਡਰੇਟ ਦੇ ਟੁੱਟਣ ਨਾਲ ਗਲੂਕੋਜ਼ ਪ੍ਰਾਪਤ ਹੁੰਦਾ ਹੈ ਗਲੂਕੋਜ਼ ਸਾਡੀਆਂ ਸਰੀਰ ਦੀਆਂ ਕੋਸ਼ਿਕਾਵਾਂ ਵਿੱਚ ਮੌਜੂਦ ਆਕਸੀਜਨ ਦੇ ਨਾਲ ਮਿਲ ਕੇ ਸਾਨੂੰ ਊਰਜਾ ਪ੍ਰਦਾਨ ਕਰਦਾ ਹੈ ਅਰਥਾਤ ਸਾਹ ਕਿਰਿਆ ਵਿੱਚ ਊਰਜਾ ਪੈਦਾ ਹੁੰਦੀ ਹੈ ਇਸ ਲਈ ਸਾakreਿਆ ਨੂੰ ਤਾਪਨਿਕਾਸੀ ਕਿਰਿਆ ਆਖਦੇ ਹਾਂ ਅਗਲਾ ਕੁਸ਼ਨ ਹੈ ਜੀ ਆਪਣੇ ਕੋ ਭੋਜਨ ਦੇ ਪਾਚਨ ਦੇ ਵਿੱਚ ਲਾਰ ਦਾ ਕੀ ਮਹੱਤਵਤਾ ਹੈ ਜੀ ਭੋਜਨ ਦੇ ਪਾਚਨ ਦੇ ਵਿੱਚ ਲਾਰ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ ਲਾਰ ਇੱਕ ਰਸ ਹੈ ਜੋ ਕਿ ਤਿੰਨ ਜੋੜੀ ਲਾਰ ਗ੍ਰੰਥੀਆਂ ਤੋਂ ਮੂੰਹ ਦੇ ਵਿੱਚ ਪੈਦਾ ਹੁੰਦਾ ਹੈ ਲਾਰ ਵਿੱਚ ਅਮਾਈਲੇਜ ਇਸ ਨੂੰ ਐਮਲੇਜ਼ ਵੀ ਕਹਿੰਦੇ ਹਨ ਨਾਮ ਦਾ ਅ ਐਨਜ਼ਾਈਮ ਹੁੰਦਾ ਹੈ ਜੋ स्टार्च ਦੇ ਗੁੰਝਲਦਾਰ ਅਣੂ ਨੂੰ ਲਾਰ ਦੇ ਨਾਲ ਪੂਰੀ ਤਰ੍ਹਾਂ ਮਿਲਾ ਦਿੰਦਾ ਹੈ ਲਾਰ ਦੇ ਪ੍ਰਮੁੱਖ ਕਾਰਜ ਹਨ ਮੂੰਹ ਦੇ ਖੋਲ ਨੂੰ ਸਾਫ਼ ਰੱਖਦੀ ਹੈ ਇਹ ਮੂੰਹ ਦੇ ਖੋਲ ਵਿੱਚ ਚਿਕਨਾਹੀ ਪੈਦਾ ਕਰਦੀ ਹੈ ਜਿਸ ਦੇ ਨਾਲ ਭੋਜਨ ਚਮਾਉਦੇ ਸਮੇਂ ਰਗੜ ਘੱਟ ਹੁੰਦੀ ਹੈ ਇਹ ਭੋਜਨ ਨੂੰ ਚੀਕਣਾ ਅਤੇ ਮੁਲਾਇਮ ਬਣਾਉਂਦੀ ਹੈ ਇਹ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦੀ ਹੈ ਤੇ ਨੈਕਸਟ ਕੁਐਸਚਨ ਦੇਖਦੇ ਹਾਂ ਜੀ ਲਾਸਟ ਕੁਐਸਚਨ ਹੈ ਆਪਣਾ ਇਹ ਬੜਾ ਹੁਣ ਕਵੈਸਚਨ ਦੀ ਸਟੇਟਮੈਂਟ ਕੀ ਹੈ ਜੀ ਆਪਣੇ ਕੋ 80 ਵਾਹਨਾਂ ਦੇ ਵਿੱਚ ਉਤਲ ਦਰਪਨ ਨੂੰ ਪਿੱਛੇ ਦੀ ਆਵਾਜਾਈ ਦੇਖਣ ਵਾਲੇ ਦਰਪਨ ਦੇ ਰੂਪ ਵਿੱਚ ਪਹਿਲ ਕਿਉਂ ਦਿੰਦੇ ਹਾਂ ਤੇ ਇਸ ਦਾ ਕਾਰਨ ਕੀ ਹੈ ਆਪਣੇ ਕਿ ਇਸ ਨੂੰ ਕਿਉਂ ਆਪਾਂ ਵਾਹਨਾਂ ਦੇ ਵਿੱਚ ਯੂਜ਼ ਕਰਦੇ ਹਾਂ ਉਤਲ ਦਰਪਨ ਹਮੇਸ਼ਾ ਵਸਤੂ ਦਾ ਸਿੱਧਾ ਪ੍ਰਤੀਬਿੰਬ ਬਣਾਉਂਦਾ ਹੈ ਉਤਲ ਦਰਪਨ ਵਸਤੂ ਦੀ ਤੁਲਨਾ ਵਿੱਚ ਛੋਟਾ ਪ੍ਰਤੀਬਿੰਬ ਬਣਾਉਂਦਾ ਹੈ ਜਿਸ ਕਰਕੇ ਵਿਖਾਈ ਦੇਣ ਵਾਲਾ ਦ੍ਰਿਸ਼ਟੀ ਖੇਤਰ ਵੱਧ ਜਾਂਦਾ ਹੈ ਤੇ ਵਾਹਕ ਵહન ਚਾਲਕ ਡਰਾਈਵਰ ਟ੍ਰੈਫਿਕ ਟ੍ਰੈਫਿਕ ਵਾਲੇ ਸਾਰੇ ਖੇਤਰ ਨੂੰ ਵੇਖ ਸਕਦਾ ਹੈ ਇਸ ਦੀ ਤੁਸੀਂ ਇਸ ਤਰ੍ਹਾਂ ਡਾਇਗਰਾਮ ਵੀ ਬਣਾਉਣੀ ਹੈ ਤੇ ਬਣਾ ਸਕਦੇ ਹੋ ਇਸ ਤਰ੍ਹਾਂ ਡਾਇਗਰਾਮ ਵੀ ਤੁਸੀਂ ਇਸ ਦੀ ਬਣਾ ਸਕਦੇ ਹੋ ਜੀ ਇਸ ਨੂੰ ਤੁਸੀਂ ਇਸ ਤਰ੍ਹਾਂ ਡਾਇਗਰਾਮ ਬਣਾ ਕੇ ਵੀ ਸ਼ੋਅ ਕਰ ਸਕਦੇ ਹੋ ਨਾਲ ਦੇ ਨਾਲ ਤੇ ਐਫ ਆ ਜਾਏਗਾ ਸੀ ਆ ਜਾਏਗਾ ਇਸ ਜਗ੍ਹਾ ਆਪਣੇ ਕੋ ਆਬਜੈਕਟ ਹੋਏਗਾ ਜੀ सीधा जाएगा तो ये अपने को फोकस के बिचों तो जो अपने को सी ते जाएगा वो इस तरह अपने को वापस आ जाएगा तो ये अपने को किस तरफ मिलेगा ये इस तरफ जाएगा अपने को जी तो ये इस तरफ आएगा तो इस जगह पर अपना इसका प्रतिबिंब बन जाएगा जी ये वस्तु है अपने को ये वस्तु का प्रतिबिंब बनेगा जी ਹੋਪਸ ਨੂੰ ਤੁਹਾਨੂੰ ਜੋ ਸਾਰੇ ਹੀ ਕੁਐਸਚਨ ਕਰਵਾਏ ਹਨ ਉਹ اچھی طرح ਸਮਝ ਲੱਗੇ ਹੋਣਗੇ ਜੇਕਰ ਵੀਡੀਓ ਤੁਹਾਨੂੰ اچھی ਲੱਗੀ ਤੇ ਇਸ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਦੇਣਾ ਧੰਨਵਾਦ